ਹੇ ਪਾਈ ਸਰਬਵਿਆਪਕ ਜਗਤ ਮਾਲਕ ਪ੍ਰਮਾਤਮਾ ਨੂੰ ਸਦਾ ਚੇਤੇ ਰੱਖੋ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾਓ ਇਸ ਨੂੰ ਆਪਣੀ ਮਾਲਾ ਬਣਾਓ ਰਹਾਓ ਇਸ ਇੱਕੋ ਹੀ ਸ਼ਰੀਰ ਨਗਰ ਵਿੱਚ ਕਾਮਾਂ ਦੇ ਪੰਜ ਚੋਰ ਵਸੇ ਹੋਏ ਹਨ ਵਰਜਦਿਆਂ ਵੀ ਇਨ੍ਹਾਂ ਵਿੱਚੋਂ ਹਰੇਕ ਇਸ ਨਗਰ ਵਿੱਚਲੇ ਆਤਮਕ ਗੁਣਾ ਨੂੰ ਚੁਰਾਣ ਲਈ ਉਠ ਦੌੜਦਾ ਹੈ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜਿਹੜਾ ਮਨੁੱਖ ਇੰਨਾ ਪੰਜਾਂ ਤੋਂ ਮਾਇਆ ਦੇ ਤਿੰਨ ਗੁਣਾ ਤੋਂ ਅਤੇ 10 ਇੰਦਰੀਆਂ ਤੋਂ ਆਪਣਾ ਆਤਮਕ ਗੁਣਾ ਦਾ ਸਰਮਾਇਆ ਬਚਾ ਰੱਖਦਾ ਹੈ। हे ਨਾਨਕ ਉਹ ਇੰਨਾ ਤੋਂ ਸਦਾ ਲਖਲਾਸੀ ਪ੍ਰਾਪਤ ਕਰ ਲੈਂਦਾ ਹੈ। ਜਿਸ ਮਾਇਆ ਦਾ ਮੁੱਲ ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ। ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ ਚਾਰੇ ਵੇਦ ਜਿਸ ਮਾਇਆ ਦੇ ਬਲ ਦੇ ਜ਼ਿਕਰ ਵਿੱਚ ਲੱਗੇ ਰਹਿੰਦੇ ਹਨ ਉਹ ਮਾਇਆ ਸਹਿਜੇ ਹੀ ਉਹਨਾਂ ਬੰਦਿਆਂ ਤੋਂ ਪਰੇ ਹਟ ਜਾਂਦੀ ਹੈ ਜੋ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਕਿਉਂਕਿ ਉਹ ਬੰਦੇ ਹੈ ਨਾਨਕ ਪ੍ਰਮਾਤਮਾ ਦੇ ਚਰਨਾ ਵਿੱਚ ਸੁਰਤ ਜੋੜ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਇਹ ਸਾਰਾ ਜਗਤ ਜਿਸ पराजात प्रभु ਦਾ ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ ਜਿਸ ਦੀ ਜੋਤ ਸਭ ਜੀਵਾਂ ਵਿੱਚ ਫਸਰ ਰਹੀ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਉਹ ਸਰਬ ਇੱਛਾ ਪੁਰਖ पराजात ਪ੍ਰਭੂ ਮੇਰੇ ਹਿਰਦੇ ਆਂਗਣ ਵਿੱਚ ਪ੍ਰਗਟ ਹੋ ਗਿਆ ਹੈ ਤੇ ਮੇਰੇ ਅੰਦਰੋਂ ਮਾਇਆ ਵਾਲੇ ਜੰਜਾਲ ਮੁੱਕ ਗਏ ਹਨ हे ਭਾਈ ਤੁਸੀਂ ਵੀ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਓ ਇਸ ਤਰ੍ਹਾਂ ਮਾਇਆ ਦੇ ਬਹੁਤੇ ਜੰਜਾਲ ਛੱਟ ਸਕੋਗੇ हे ਮੇਰੀ ਸਿੱਖਿਆ ਸੁਣਨ ਵਾਲੇ ਭਾਈ ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਾਰਨ ਕਰ ਇਸ ਤਰ੍ਹਾਂ ਤੂੰ ਮਾਇਆ ਦੇ ਬੰਧਨ ਤਿਆਗ ਸਕੇਗਾ ਜਿਸ ਮਨੁੱਖ ਦੇ ਮਨ ਵਿੱਚ ਸੋਚ ਮੰਡਲ ਵਿੱਚ ਇੱਕ ਪਰਮਾਤਮਾ ਦੀ ਲੇਬ ਲੱਗ ਜਾਂਦੀ ਹੈ ਉਸ ਨੂੰ ਮੁਰਮੁਰ ਜਨਮ ਮਰਨ ਦਾ ਗੇੜ ਨਹੀਂ ਹੁੰਦਾ ਜਿਸ ਮਨੁੱਖ ਨੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾ ਲਿਆ ਹੈ ਉਹ ਗੁਰੂ ਕਿਹਾ ਜਾ ਸਕਦਾ ਹੈ ਉਹ ਅਸਲ ਸਿੱਖ ਕਿਹਾ ਜਾ ਸਕਦਾ ਹੈ ਉਹ ਅਸਲ ਵੇਦ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਹੋਰ ਆਤਮਿਕ ਰੋਗੀਆਂ ਦੇ ਰੋਗ ਸਮਝ ਲੈਂਦਾ ਹੈ ਪ੍ਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਦੁਨੀਆ ਦਾ ਕੰਮ ਧੰਦਾ ਉਸ ਨੂੰ ਵਿਆਪ ਨਹੀਂ ਸਕਦਾ ਪ੍ਰਭੂ ਦੇ ਸਿਮਰਨ ਸਦਕਾ ਉਹ ਮਾਇਆ ਦੇ ਬੰਧਨ ਵਿੱਚ ਨਹੀਂ ਫਸਦਾ ਉਹ ਗ੍ਰਸਤੀ ਹੁੰਦਾ ਵੀ ਜੋਗੀ ਹੈ ਜਿਸ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਵਿੱਚ ਜਗਤ ਮੂਲ ਅਦ੍ਰਿਸ਼ਟ ਪ੍ਰਭੂ ਨੂੰ ਸਿਮਰਿਆ ਹੈ ਤੇ ਉਸ ਨਾਲ ਮਿਲਾਪ ਹਾਸਲ ਕਰ ਲਿਆ ਹੈ ਉਸਨੇ ਕਾਮ ਕ੍ਰੋਧ ਤੇ ਹੰਕਾਰ ਤਿਆਗ ਦਿੱਤਾ ਹੈ ਉਸਨੇ ਲੋਭ ਮੋਹ ਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ ਹੈ ਪਰਮਾਤਮਾ ਨਾਲ ਡੋਂਗੇ ਸਾਂਝ ਬਣਨੀ ਪ੍ਰਭੂ ਚਰਨਾ ਵਿੱਚ ਸੁਰਤ ਜੁੜਨੀ ਇਹ ਸਭ ਪ੍ਰਭੂ ਦੀ ਦਾਤ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਇਹ ਦਾਤ ਮਿਲਦੀ ਹੈ ਉਸ ਨੂੰ ਤੱਕ ਕੇ ਕਾਮਾਦਕ ਬਹਿਰੀਆਂ ਦਾ ਰੰਗ ਫਕ ਹੋ ਜਾਂਦਾ ਹੈ ਕਿਉਂਕਿ ਸਿਮਰਨ ਦੀ ਬਰਕਤ ਨਾਲ ਉਸ ਦੇ ਹਿਰਦੇ ਵਿੱਚ ਮਾਨੋ ਬ੍ਰह्म ਰੂਪ ਕਮਲ ਦਾ ਸ਼ਹਿਦ ਚੁੰਨ ਲੱਗ ਪੈਂਦਾ ਹੈ ਉਸ ਨਾਮ ਅੰਮ੍ਰਿਤ ਸ਼ਹਿਦ ਦਾ ਰਸ ਉਹ ਮਨੁੱਖ ਚੱਕਦਾ ਹੈ ਇਸ ਕਰਕੇ ਉਹ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ਮਾਇਆ ਮੋਹ ਦੀ ਨੀਂਦ ਵਿੱਚ ਗਾਫਿਲ ਨਹੀਂ ਹੁੰਦਾ ਹੈ हे ਨਾਨਕ ਜੋ ਪ੍ਰਭੂ ਵੱਡੇ ਜਿਗਰੇ ਵਾਲਾ ਹੈ ਸਾਰੇ ਪਾਤਾਲ ਸਾਰਾ ਸੰਸਾਰ ਜਿਸ ਪ੍ਰਜਾਤ ਪ੍ਰਭੂ ਦੇ ਪਾਤਰ ਪਸਾਰਾ ਹਨ ਜੋ ਸਭ ਜੀਵਾਂ ਵਿੱਚ ਵਿਆਪਕ ਹੈ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੈਂ ਉਸ ਦਾ ਨਾਮ ਅੰਮ੍ਰਿਤ ਪੀਤਾ ਹੈ ਤੇ ਮਾਇਆ ਦਾ ਜ਼ਹਿਰ આગયા હૈ હુણ મેરા મુડમુડ ગર્ભવાસ જનમ મરણ નહીં હોવેગા વાહ ગુરજી કા ખાલસા વાહ ગુરજી કી ફતેહ